स्टेट नू पास करन दा मतलब है कि तुसी किन्ने सही उत्तरां तक पहुंच पाउंदे हो। सही उत्तर तक पहुंचण दे किन्ने तरीके हन, जेकर मोटे मोटे हो तरीके देखिए पी एस टेट दा एमसीक्यू तुहाडे सामने आंदा है। पहला तां ओह तरीका है कि तुसी सही ज्ञान तुहाडे कोल है, मतलब कि तुसी स्टडी अच्छी कीती हुई है, टाइम पूरा दित्ता होया है, तुहाडे को चार ऑप्शन जेड़ियां सी उन्हां चो राइट ऑप्शन पता है और टिक करती। जदों तुहाडे को राइट ऑप्शन नहीं पता जां तुहाडी तैयारी अच्छी नहीं है, तुसी पढ़न नूं टाइम नहीं दे सके जां बहुत डिफिकल्ट क्वेश्चन आ गया है, तो उदों तुसी ज्ञान ए वाला ऑप्शन पूरा नहीं उतरदा। इस वाले ऑप्शन नाल तुसी सही उत्तर तक नहीं पहुँच सकते। तां असी होर ਕਿਹੜਾ ਤਰੀਕਾ ਹੈ ਜਿਸ ਨਾਲ ਸਹੀ ਉੱਤਰ ਤੱਕ ਪਹੁੰਚ ਸਕਦੇ ਹੋ, ਉਹ ਹੈ ਲੌਜੀਕਲ ਗੈਸ ਜਾਂ ਲੌਜੀਕਲ ਰੂਲ ਜਾਂ ਲੌਜੀਕਲ ਟ੍ਰਿਕਸ, ਲੌਜੀਕਲ ਤੁੱਕੇ ਵੀ ਕਹਿ ਸਕਦੇ ਹੋ। ਇਸ ਵੀਡੀਓ ਵਿੱਚ ਅਸੀਂ ਪੰਜ ਉਹ ਬੈਸਟ ਲੌਜੀਕਲ ਟ੍ਰਿਕਸ ਲਰਨ ਕਰਾਂਗੇ, ਉਦਾਹਰਨਾਂ ਨਾਲ ਹੋਣਗੀਆਂ, ਜਿਵੇਂ ਕਿ ਪੀਟੈਟ 'ਚ ਕੁਐਸਚਨ ਆਉਂਦੇ ਨੇ ਪੰਜਾਬੀ ਵਿੱਚ, ਉਸੇ ਇੰਗਲਿਸ਼ ਵਿੱਚ ਉਸੇ ਤਰ੍ਹਾਂ ਇਸ ਵੀਡੀਓ ਵਿੱਚ ਹੋਏਗਾ। ਮਤਲਬ ਜਦੋਂ ਸਾਡੇ ਕੋਲ ਆਂਸਰ, ਸਾਨੂੰ ਆਂਸਰ ਨਹੀਂ ਪਤਾ ਤਾਂ ਅਸੀਂ ਸਹੀ ਉੱਤਰ 'ਤੇ ਕਿਵੇਂ ਪਹੁੰਚਣਾ ਹੈ। ਉਹ ਕੈਂਡੀਡੇਟ ਜਿਨ੍ਹਾਂ ਨੇ ਤਿਆਰੀ ਬਿਲਕੁਲ ਨਹੀਂ ਕੀਤੀ ਉਹਨਾਂ ਲਈ ਵੀ ਇਹ ਜ਼ਰੂਰੀ ਹੈ, ਜਿਨ੍ਹਾਂ ਨੇ ਥੋੜ੍ਹੀ ਬਹੁਤ ਤਿਆਰੀ ਕੀਤੀ ਹੈ ਉਹਨਾਂ ਲਈ ਵੀ ਜ਼ਰੂਰੀ ਹੈ, ਜਿਨ੍ਹਾਂ ਨੇ ਫੁੱਲ ਤਿਆਰੀ ਕੀਤੀ ਹੈ ਉਹਨਾਂ ਲਈ ਵੀ ਜ਼ਰੂਰੀ ਹੈ, ਕਿਉਂਕਿ ਫੁੱਲ ਤਿਆਰੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਵੀ ਕਈ ਆਂਸਰ ਜ਼ਰੂਰੀ ਨਹੀਂ ਹੈ ਕਿ ਪੂਰੇ ਪਤਾ ਹੋਣ। ਮੈਂ ਦੁਬਾਰਾ ਦੱਸ ਰਿਹਾ ਹਾਂ ਕਿ ਜਦੋਂ ਤੁਹਾਡੇ ਕੋਲ ਰਾਈਟ ਨੌਲੇਜ ਹੈ ਤੁਸੀਂ ਰਾਈਟ ਆਂਸਰ, ਇੱਕ ਬੈਸਟ ਆਂਸਰ ਫਾਈਂਡ ਕਰ ਲੈਂਦੇ ਹਾਂ। ਇਸ ਵੀਡੀਓ ਵਿੱਚ ਅਸੀਂ ਲੌਜੀਕਲ ਬੇਸਡ ਜੋ ਇਨਫੋਰਮੇਸ਼ਨ ਤੁਹਾਡੇ ਕੋਲ ਥੋੜ੍ਹੀ ਬਹੁਤ ਹੀ ਹੈ ਉਸਨੂੰ ਰਿਲੇਸ਼ਨ ਲੱਭ ਕੇ ਕਿਸ ਤਰ੍ਹਾਂ ਰਾਈਟ ਆਂਸਰ ਤੱਕ ਪਹੁੰਚਣਾ ਹੈ ਉਹ ਦੇਖਣ ਲੱਗੇ ਹਾਂ। ਪਹਿਲਾ ਤਾਂ ਸਭ ਤੋਂ ਵਧੀਆ ਰੂਲ ਹੈ ਨਿਸ਼ਕਾਸ਼ਨ ਵਿਧੀ, ਐਲੀਮੀਨੇਸ਼ਨ ਮੈਥਡ। ਮਤਲਬ ਇਹ ਕਿ ਜਦੋਂ ਤੁਹਾਡੇ ਕੋਲ ਰਾਈਟ ਆਂਸਰ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਚਾਰਾਂ ਵਿੱਚੋਂ ਇਹ ਰਾਈਟ ਆਂਸਰ ਹੈ, ਤਾਂ ਅਸੀਂ ਰੋਂਗ ਆਂਸਰ ਨੂੰ ਲੱਭਣਾ ਸ਼ੁਰੂ ਕਰ ਦੇਣਾ ਹੈ। ਰੋਂਗ ਆਂਸਰ ਨੂੰ ਲੱਭਣ ਦੇ ਕਈ ਤਰੀਕੇ ਹਨ, ਇੱਕ ਦੋ ਉਦਾਹਰਨਾਂ ਇੱਥੇ ਡਿਸਕਸ ਕਰਾਂਗਾ। ਫੋਰ ਐਗਜ਼ਾਮਪਲ, ਸਾਡੇ ਕੋਲ ਕੁਐਸਚਨ ਹੈ ਦਾ ਸੋਲਰ ਸਿਸਟਮ ਇਜ਼ ਏ ਪਾਰਟ ਆਫ ਵਿਚ ਗਲੈਕਸੀ, ਮੰਨ ਲਓ ਸਾਡੇ ਕੋਲ ਉੱਤਰ ਨਹੀਂ ਹੈ। ਸਭ ਤੋਂ ਪਹਿਲੀ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਕਿ ਰਾਈਟ ਆਂਸਰ ਤੱਕ ਪਹੁੰਚਣ ਦੀ, ਜਦੋਂ ਆਪਸ਼ਨ ਬਹੁਤ ਡਿਫੀਕਲਟ ਹਨ ਤਾਂ ਤੁਸੀਂ ਇਹ ਦੇਖਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਤੁਸੀਂ ਵਧੇਰੇ ਕਰਕੇ ਸੁਣੀ ਹੈ। ਰਾਈਟ ਆਂਸਰ ਜੇ ਕੁਛ ਵੀ ਨਹੀਂ ਹੈ ਤਾਂ ਉੱਧਰ ਜਾਣ ਦੀ ਕੋਸ਼ਿਸ਼ ਕਰਨੀ ਹੈ। ਦੂਸਰਾ, ਤੁਸੀਂ ਇਹਨਾਂ ਵਿੱਚੋਂ ਸਭ ਤੋਂ ਵੱਧ ਡਿਲੀਟ ਕਰਨ ਦਾ ਹੈ, ਹਟਾਉਣਾ ਹੈ ਕਿ ਜਿਹੜਾ ਬਿਲਕੁਲ ਨਹੀਂ ਹੋ ਸਕਦਾ। ਫੋਰ ਐਗਜ਼ਾਮਪਲ, ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ, ਲੇਕਿਨ ਮੈਂ ਇਹ ਬੱਦਲ ਸ਼ਬਦ ਤੋਂ ਦੂਸਰੇ ਬੱਦਲ ਸ਼ਬਦ ਤੋਂ ਪਹਿਲਾਂ ਇਸ ਨੂੰ ਐਲੀਮੀਨੇਟ ਕੀਤਾ, ਜੇ ਮੈਂ ਇੱਕ ਐਲੀਮੀਨੇਟ ਕਰ ਪਾਉਂਦਾ ਹਾਂ ਤਾਂ ਮੇਰੀ ਪ੍ਰੋਬੇਬਿਲਿਟੀ 33% ਵੱਧ ਜਾਂਦੀ ਹੈ ਕਿ ਉਹ ਉੱਤਰ ਰਾਈਟ ਹੋ ਸਕਦਾ ਹੈ। ਹਾਂ, ਜੇ ਮੈਂ ਦੋ ਐਲੀਮੀਨੇਟ ਕਰ ਪਾਉਂਦਾ ਹਾਂ ਤਾਂ ਉਹਦੀ ਪ੍ਰੋਬੇਬਿਲਿਟੀ 50% ਹੋ ਜਾਂਦੀ ਹੈ। ਫਿਰ ਉਹਨਾਂ 'ਚੋਂ ਰਾਈਟ ਸ਼ਬਦ ਚੁਣਨਾ ਹੈ, ਫਿਰ ਵੀ ਕੋਸ਼ਿਸ਼ ਕਰਨੀ ਹੈ ਕਿ ਇਨਫੋਰਮੇਸ਼ਨ ਦੇ ਆਧਾਰ 'ਤੇ ਰਾਈਟ ਆਂਸਰ ਨੂੰ ਇਸੇ ਤਰ੍ਹਾਂ ਚੁਣਨਾ ਹੈ। ਫੋਰ ਐਗਜ਼ਾਮਪਲ, ਜਿਸ ਦਾ ਮੀਨਿੰਗ ਤੁਹਾਨੂੰ ਜ਼ਿਆਦਾ ਲੱਗਦਾ ਹੈ, ਜਿਹੜਾ ਅਰਥਪੂਰਨ ਵਧੇਰੇ ਲੱਗਦਾ ਹੈ। ਫੋਰ ਐਗਜ਼ਾਮਪਲ, ਇਹਦੇ ਵਿੱਚ ਆਕਾਸ਼ ਗੰਗਾ ਵਧੇਰੇ ਅਰਥਪੂਰਨ ਲੱਗਦੀ ਹੈ ਅਤੇ ਆਕਾਸ਼ ਗੰਗਾ 'ਤੇ ਅਸੀਂ ਟਿੱਕ ਲਗਾ ਦਾਂਗੇ। ਇਸੇ ਹੀ ਟ੍ਰਿਕ ਦੀ ਦੂਜੀ ਪ੍ਰੈਕਟਿਸ ਕਰਾਂਗੇ। ਸਾਡੇ ਕੋਲ ਐਗਜ਼ਾਮਪਲ ਹੈ, ਕੁੜੀਆਂ ਮੁੰਡਿਆਂ ਨਾਲੋਂ ਭਾਸ਼ਾ ਦੀ ਮੁਹਾਰਤ ਵਿੱਚ ਬਿਹਤਰ ਹਨ। ਇੱਕ ਸਟੇਟਮੈਂਟ ਹੈ, ਬਿਆਨ ਹੈ, ਬਿਆਨ ਕੀ ਦਰਸਾਉਂਦਾ ਹੈ, ਕੁਐਸਚਨ ਪੁੱਛਿਆ ਗਿਆ ਹੈ। ਚਾਰ ਆਪਸ਼ਨ ਦਿੱਤੀਆਂ ਗਈਆਂ ਹਨ, ਲਿੰਗ ਭੂਮਿਕਾ, ਲਿੰਗ ਸਟੀਰੀਓਟਾਈਪਿੰਗ, ਲਿੰਗ ਪਛਾਣ, ਲਿੰਗ ਸਮਤਾ। ਮੰਨ ਲਓ ਇਸ ਪ੍ਰਸ਼ਨ ਦਾ ਉੱਤਰ ਮੇਰੇ ਕੋਲ ਨਹੀਂ ਹੈ, ਬਿਲਕੁਲ ਮੈਂ ਜਾਣਦਾ ਨਹੀਂ ਹਾਂ, ਤਾਂ ਮੈਂ ਦੇਖਾਂਗਾ ਕਿ ਸਭ ਤੋਂ ਪਹਿਲਾਂ ਮੈਂ ਕਿਹੜਾ ਆਪਸ਼ਨ ਡਿਲੀਟ ਕਰ ਸਕਦਾ ਹਾਂ, ਹਟਾ ਸਕਦਾ ਹਾਂ, ਗਲਤ ਸਾਬਤ ਕਰ ਸਕਦਾ ਹਾਂ, ਜਾਂ ਮੇਰੀ ਇਨਫੋਰਮੇਸ਼ਨ ਮੁਤਾਬਕ ਉਹ ਗਲਤ ਹੋ ਸਕਦਾ ਹੈ। ਇੱਕ ਗੱਲ ਜ਼ਰੂਰੀ, ਨਾਲ ਅੰਗਰੇਜ਼ੀ ਵਿੱਚ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ, ਕਈ ਵਾਰ ਹਿੰਟ ਅੰਗਰੇਜ਼ੀ ਵਿੱਚ ਪਿਆ ਹੁੰਦਾ ਹੈ, ਕਿਉਂਕਿ ਪੇਪਰ ਜੋ ਬਣਦਾ ਹੈ ਇੰਗਲਿਸ਼ 'ਚ ਬਣਦਾ ਹੈ, ਬਾਅਦ ਵਿੱਚ ਟ੍ਰਾਂਸਲੇਸ਼ਨ ਉਹ ਪੰਜਾਬੀ ਵਿੱਚ ਹੁੰਦਾ ਹੈ। ਇਹਨਾਂ ਆਪਸ਼ਨ ਵਿੱਚੋਂ ਸਭ ਤੋਂ ਪਹਿਲਾਂ ਮੈਨੂੰ ਇਹ ਗਿਆਨ ਹੈ ਕਿ ਇਕੁਇਟੀ ਕੀ ਹੁੰਦੀ ਹੈ, ਮੈਨੂੰ ਇਹ ਪਤਾ ਹੈ ਕਿ ਇਕੁਇਟੀ ਸਪੋਰਟ ਸਿਸਟਮ ਹੈ, ਉਸ ਬੱਚੇ ਜਾਂ ਉਹਨਾਂ ਬੱਚਿਆਂ ਨੂੰ ਵਾਧੂ ਹੈਲਪ ਦੇਣੀ ਹੁੰਦੀ ਹੈ, ਸਪੋਰਟ ਦੇਣਾ ਹੁੰਦਾ ਹੈ, ਜਿਹੜੇ ਪਛੜ ਗਏ ਹਨ, ਜਿਹੜੇ ਪਿੱਛੇ ਰਹਿ ਗਏ ਹਨ, ਤਾਂ ਜੋ ਦੂਜੇ ਬੱਚਿਆਂ ਦੇ ਬਰਾਬਰ ਆ ਸਕਣ। ਜਿਵੇਂ ਕਿਸੇ ਸਮਾਜ ਜਾਂ ਕਮਿਊਨਿਟੀ ਜਾਂ ਸਕੂਲ ਵਿੱਚ ਕੁੜੀਆਂ ਨੂੰ ਘੱਟ ਧਿਆਨ ਦਿੱਤਾ ਗਿਆ, ਉਹ ਪਛੜ ਗਈਆਂ ਹਨ, ਅਤੇ ਉਹਨਾਂ ਨੂੰ ਐਕਸਟਰਾ ਹੈਲਪ ਦਿੱਤੀ ਜਾਵੇ, ਸਕੂਲ ਵਿੱਚ ਉਹਨਾਂ ਲਈ ਅਲੱਗ ਤੋਂ ਵਾਸ਼ਰੂਮ ਹੋਣ, ਪਬਰਟੀ ਪੀਰੀਅਡ ਲਈ ਅਲੱਗ ਤੋਂ
ਹਾਈਜੀਨਿਕ ਇੰਤਜ਼ਾਮਾਤ ਹੋਣ, ਉਹਨਾਂ ਨੂੰ ਯੂਨੀਫਾਰਮ, ਬੁੱਕਸ ਐਟਸੈਟਰਾ ਫ੍ਰੀ ਦਿੱਤੀਆਂ ਜਾਣ। ਫੋਰ ਐਗਜ਼ਾਮਪਲ ਹੈ ਤਾਰੇ ਜ਼ਮੀਨ ਪਰ ਇਸ਼ਾਨ ਅਮੀਰ ਖਾਨ ਸਾਹਿਬ, ਉਹਨਾਂ ਨੂੰ ਅਲੱਗ ਤੋਂ ਕੋਚਿੰਗ ਦਿੰਦੇ ਹਨ, ਅਲੱਗ ਤੋਂ ਹੈਲਪ ਕਰਦੇ ਹਨ ਤਾਂ ਜੋ ਬਾਕੀ ਬੱਚਿਆਂ ਦੇ ਬਰਾਬਰ ਜਾ ਕੇ ਪਾਸ ਹੋ ਸਕਣ। ਤੇ ਮੈਂ ਦੇਖਿਆ ਕਿ ਇਸ ਸਟੇਟਮੈਂਟ ਵਿੱਚ ਬਿਹਤਰ ਦੀ ਗੱਲ ਆਈ ਹੈ, ਬਿਹਤਰ ਦੀ ਗੱਲ ਆਈ ਹੈ, ਹੈ ਨਾ, ਇਸ ਸਮਾਨਤਾ ਵੱਲ ਲਿਜਾਣ ਦੀ ਗੱਲ ਨਹੀਂ ਆਈ। ਇਹ ਇੱਕ ਯਾਦ ਹੈ ਕਿ ਇੱਥੇ ਸਮਤਾ ਸ਼ਬਦ ਹੈ, ਨਾ ਕਿ ਸਮਾਨਤਾ। ਇਸ ਦੇ ਆਧਾਰ ਤੇ ਕਿ ਇਹ ਉਹਦੇ ਨਾਲ ਮੈਚ ਨਹੀਂ ਕਰਦਾ, ਮੈਂ ਇਸ ਨੂੰ ਡਿਲੀਟ ਕਰ ਦਿੱਤਾ। ਤੇ ਦੂਸਰਾ, ਮੈਨੂੰ ਪਤਾ ਸੀ ਕਿ ਲਿੰਗ ਭੂਮਿਕਾ ਉਹ ਹੁੰਦੀ ਹੈ ਜਿਹੜੀ ਸਮਾਜ ਜਾਂ ਕੋਈ ਕਲਚਰ ਮੁੰਡਿਆਂ ਨੂੰ ਸਪੈਸੀਫਿਕ ਰੋਲ ਦਿੰਦਾ ਹੈ, ਕੁੜੀਆਂ ਨੂੰ ਸਪੈਸੀਫਿਕ ਰੋਲ ਦਿੰਦਾ ਹੈ। ਫੋਰ ਐਗਜ਼ਾਮਪਲ, ਸਾਡਾ ਸਮਾਜ ਕੁੜੀਆਂ ਨੂੰ ਕੁੜੀਆਂ ਤੋਂ ਐਕਸਪੈਕਟ ਕਰਦਾ, ਜਾਂ ਉਹਨਾਂ ਦੇ ਬਿਹੇਵੀਅਰ ਨੂੰ ਕਿਹੜੇ ਨੂੰ ਐਕਸਪੈਕਟ ਕਰਦਾ ਹੈ ਕਿ ਉਹ ਘਰ ਦਾ ਕੰਮ ਕਰਨ, ਅਤੇ ਮੁੰਡੇ ਬਾਹਰ ਦਾ ਘੁੰਮਣ ਫਿਰਨ ਦਾ ਜਾਂ ਪੈਸਾ ਕਮਾਉਣ ਦਾ ਕੰਮ ਕਰਨ। ਸੋ ਇਹ ਐਗਜ਼ਾਮਪਲ ਦੇ ਆਧਾਰ 'ਤੇ ਮੈਂ ਦੇਖਿਆ ਕਿ ਇਹ ਵੀ ਕਿਉਂਕਿ ਇਸ ਵਿੱਚ ਬਿਹਤਰ ਸ਼ਬਦ ਹੈ ਤਾਂ ਇਹ ਲਿੰਗ ਭੂਮਿਕਾ ਦੀ ਗੱਲ ਨਹੀਂ ਹੈ। ਜੇਕਰ ਮੈਂ ਦੋ ਵੀ ਆਪਸ਼ਨ ਨੂੰ ਡਿਲੀਟ ਕਰ ਪਾਇਆ ਹਾਂ ਤਾਂ ਹੁਣ ਪ੍ਰੋਬੇਬਿਲਿਟੀ 50% ਹੋ ਗਈ ਹੈ। ਜੇ ਇਹਨਾਂ 'ਚੋਂ ਮੈਂ ਗੈਸ ਵਰਕ ਵੀ ਲਗਾਉਂਦਾ ਹਾਂ ਤਾਂ 50% ਪ੍ਰੋਬੇਬਿਲਿਟੀ ਹੈ ਕਿ ਰਾਈਟ ਆਂਸਰ ਤੱਕ ਪਹੁੰਚ ਜਾਵਾਂ। ਇੱਕ ਹੋਰ ਵੱਡਾ ਹਿੰਟ ਇਹਨਾਂ ਦੋਨਾਂ ਵਿੱਚੋਂ ਹੁਣ ਜਦੋਂ ਪਹਿਚਾਨਣਾ ਹੈ ਤਾਂ ਇੱਕ ਹੋਰ ਵੱਡਾ ਹਿੰਟ ਮੇਰੇ ਕੋਲ ਹੈ ਕਿ ਬਹੁਤੇ ਕਰਕੇ ਕੁਐਸਚਨ ਸਟੀਰੀਓਟਾਈਪਿੰਗ ਤੇ ਹੀ ਆਉਂਦੇ ਹਨ, ਪਰ ਜੈਂਡਰ ਆਇਡੈਂਟੀ। ਦੂਸਰਾ, ਮੈਨੂੰ ਇਹ ਪਤਾ ਹੈ ਕਿ ਜੈਂਡਰ ਆਇਡੈਂਟੀ ਸਵੈ ਦੀ ਪਹਿਚਾਣ ਜਾਂ ਸਵੈ ਦਾ ਇਹ ਮੰਨਣਾ ਹੈ ਕਿ ਮੈਨੂੰ ਮੇਲ ਹੋਣ ਦੇ ਬਾਵਜੂਦ ਕੀ ਸਾਰਾ ਮੈਨੂੰ ਮੈਂ ਮੇਲ ਹੀ ਲੱਗਦਾ ਹਾਂ, ਜਾਂ ਮੈਨੂੰ ਅੱਧਾ ਫੀਮੇਲ ਲੱਗਦਾ ਹਾਂ, ਜਾਂ 25% ਫੀਮੇਲ ਲੱਗਦਾ ਹਾਂ। ਮੈਨੂੰ ਕੀ ਮੰਨਦਾ ਹਾਂ, ਪੂਰਾ ਮੁੰਡਾ ਪੂਰਾ ਕੁੜੀ, ਜਾਂ ਅੱਧੀ ਕੁੜੀ ਅੱਧਾ ਮੁੰਡਾ, ਜਾਂ ਜ਼ਿਆਦਾ ਮੁੰਡਾ ਘੱਟ ਕੁੜੀ, ਮੈਨੂੰ ਇਸ ਤਰ੍ਹਾਂ ਦੇ ਲੱਗਦੇ ਨੇ। ਇਹ ਪਹਿਚਾਣ ਜਿਹੜੀ ਜੈਂਡਰ ਆਇਡੈਂਟੀ ਦੀ ਹੈ, ਮੈਂ ਮੇਰੇ ਬਾਰੇ ਕੀ ਫੀਲ ਕਰਦਾ ਹਾਂ ਵਿਦ ਰਿਸਪੈਕਟ ਟੂ ਜੈਂਡਰ, ਜਾਂ ਮੇਲ ਅਤੇ ਫੀਮੇਲ। ਸੋ ਇਸ ਆਧਾਰ 'ਤੇ ਮੈਂ ਇਹ ਵੀ ਡਿਲੀਟ ਕਰ ਦਿੰਦਾ ਹਾਂ। ਹੁਣ ਹੋਇਆ ਕੀ ਹੈ ਇਹਦੇ ਵਿੱਚ ਕਿ ਮੇਰੇ ਕੋਲ ਨੌਲੇਜ ਨਹੀਂ ਸੀ, ਪਰ ਮੇਰੇ ਕੋਲ ਬਾਕੀ ਆਪਸ਼ਨ ਦੀ ਥੋੜ੍ਹੀ ਥੋੜ੍ਹੀ ਨੌਲੇਜ ਸੀ, ਇਕੁਇਟੀ ਦੀ ਨੌਲੇਜ ਸੀ, ਜਿਹਦੇ ਸਮਤਾ ਦੀ ਨੌਲੇਜ ਸੀ, ਹੈ ਨਾ, ਲਿੰਗ ਭੂਮਿਕਾ ਦੀ ਥੋੜ੍ਹੀ ਨੌਲੇਜ ਸੀ, ਔਰ ਪਛਾਣ ਦੀ ਨੌਲੇਜ ਸੀ। ਜਿਹੜਾ ਕੰਸੈਪਟ ਪੁੱਛਿਆ ਗਿਆ ਸੀ ਉਹਦੀ ਨੌਲੇਜ ਨਹੀਂ ਸੀ, ਪਰ ਮੈਂ ਬਾਕੀਆਂ ਦੀ ਨੌਲੇਜ ਦੇ ਆਧਾਰ 'ਤੇ ਉਹਨਾਂ ਨੂੰ ਡਿਲੀਟ ਕਰਕੇ ਸਹੀ ਉੱਤਰ 'ਤੇ ਪਹੁੰਚ ਗਿਆ। ਸੋ ਇਹ ਇੱਕ ਰੈਸ਼ਨਲ ਵੇ ਹੈ, ਤੁਸੀਂ ਰਾਈਟ ਆਂਸਰ 'ਤੇ ਪਹੁੰਚ ਸਕਦੇ ਹੋ। ਅਗਲੀ ਉਦਾਹਰਨ ਲੈ ਕੇ ਚੱਲਦੇ ਹਾਂ। ਵਾਇਗੋਤਸਕੀ ਦੁਆਰਾ ਕਿਹੜੀਆਂ ਧਾਰਨਾਵਾਂ ਦੀ ਵਰਤੋਂ ਕੀਤੀ ਗਈ ਹੈ? ਵਾਇਗੋਤਸਕੀ ਨੇ ਆਪਣੇ ਸੋਸ਼ੋ ਕਲਚਰਲ ਥਿਊਰੀ ਵਿੱਚ ਕਿਹੜੀਆਂ ਦੀ ਜੋ ਕੰਸੈਪਟ ਦਾ ਪ੍ਰਯੋਗ ਕੀਤਾ ਹੈ? ਹੁਣ ਮੇਰੇ ਕੋਲ ਆਪਸ਼ਨ ਹਨ, ਜੇ ਮੈਨੂੰ ਇੱਥੋਂ ਸਮਝ ਨਹੀਂ ਆਉਂਦੇ ਮੈਂ ਇੰਗਲਿਸ਼ ਵਿੱਚ ਪੜ੍ਹ ਸਕਦਾ ਹਾਂ। ਸਮੀਕਰਨ ਹੈ, ਰਿਹਾਇਸ਼ ਹੈ, ਸੱਭਿਆਚਾਰਕ ਸਾਧਨ ਹਨ, ਇੱਥੇ ਹੈ ਅਸੀਮੀਲੇਸ਼ਨ, ਅਕੋਮੋਡੇਸ਼ਨ ਅਤੇ ਕਲਚਰਲ ਟੂਲ। ਮੈਨੂੰ ਇਹ ਪਤਾ ਹੈ ਕਿ ਅਸੀਮੀਲੇਸ਼ਨ ਅਤੇ ਅਕੋਮੋਡੇਸ਼ਨ ਪਿਆਜੇ ਦੀ ਥਿਊਰੀ ਦੇ ਕੰਸੈਪਟ ਹਨ। ਇਸ ਬੇਸ 'ਤੇ ਮੈਂ ਇਹ ਵਾਲੀ ਆਪਸ਼ਨ ਨੂੰ ਡਿਲੀਟ ਕਰਤਾ, ਪਹਿਲੇ ਵਾਲੀ ਆਪਸ਼ਨ ਨੂੰ ਡਿਲੀਟ ਕਰ ਦਿੱਤਾ ਕਿ ਸਮੀਕਰਨ ਅਤੇ ਰਿਹਾਇਸ਼ ਜੋ ਹੈ ਪਿਆਜੇ ਦੀ ਥਿਊਰੀ ਵਿੱਚ ਹੈ। ਦੂਸਰਾ, ਕਲਚਰਲ ਟੂਲ, ਇੰਟਰਨਲ ਸਬਜੈਕਟਿਵਿਟੀ ਅਤੇ ਸਕੈਫੋਲਡਿੰਗ। ਮੈਨੂੰ ਇਹ ਪਤਾ ਹੈ ਕਿ ਕਲਚਰਲ ਟੂਲ ਵਾਇਗੋਤਸਕੀ ਨੇ ਵਰਤਿਆ ਹੈ, ਪਰ ਉਹ ਪਹਿਲੀ ਆਪਸ਼ਨ ਵਿੱਚ ਵੀ ਹੈ, ਇਸ ਲਈ ਇਸ ਨੂੰ ਮੈਂ ਕੁਐਸਚਨ ਮਾਰਕ ਪਾ ਲਿਆ, ਇਸ ਨੂੰ ਕੁਐਸਚਨ ਮਾਰਕ ਪਾ ਲਿਆ ਕਿ ਸੱਭਿਆਚਾਰਕ ਟੂਲ, ਅੰਤਰ ਵਿਸ਼ੇਸ਼ਤਾ ਅਤੇ ਸਕੈਫੋਲਡਿੰਗ। ਓਕੇ, ਇਹ ਕੁਐਸਚਨ ਮਾਰਕ ਹੈ। ਸਕੀਮਾ, ZPD ਅਤੇ ਸਕੈਫੋਲਡਿੰਗ। ਹੁਣ ਮੈਨੂੰ ਇੰਨਾ ਪਤਾ ਹੈ ਕਿ ਸਕੀਮਾ ਜੋ ਹੈ ਇਹ ਵੀ ਪਿਆਜੇ ਨੇ ਕੰਸੈਪਟ ਵਰਤਿਆ ਹੈ, ਇਸ ਆਧਾਰ 'ਤੇ ਮੈਂ ਇਸ ਨੂੰ ਵੀ ਡਿਲੀਟ ਕਰ ਦਿੱਤਾ। ਪੌਦਾਤਮਕ ਵਰਤਣ ਬਣਤਰ ਸੰਗਠਨ ਅਤੇ MKO, ਹੈ ਨਾ, ਕੋਗਨੇਟਿਵ ਸਟਰਕਚਰ ਆਰਗਨਾਈਜੇਸ਼ਨ ਅਤੇ MKO। ਹੁਣ ਇਹ ਪਤਾ ਹੈ ਕਿ ਬੌਧਾਤਮਕ ਬਣਤਰ ਸਕੀਮਾਂ ਦੇ ਨਾਲ, ਜਿੱਥੇ ਜ਼ਿਆਦਾ ਸਕੀਮਾਂ ਮਿਲ ਕੇ ਬੌਧਾਤਮਕ ਬਣਤਰ ਬਣਦੇ ਹਨ, ਉਹਦੇ ਆਧਾਰ 'ਤੇ ਮੈਂ ਇਹਨੂੰ ਡਿਲੀਟ ਕਰ ਦਿੱਤਾ। ਹੁਣ ਮੈਂ ਵੈਰੀਫਾਈ ਕਰਨ ਲੱਗਾ ਹਾਂ ਕਿ ਕੀ ਇਹ ਹੋ ਸਕਦਾ ਹੈ ਰਾਈਟ ਆਂਸਰ, ਕਿਉਂਕਿ ਉਹਦੀ ਸੋਸ਼ੋ ਕਲਚਰਲ ਥਿਊਰੀ ਹੈ ਔਰ ਟੂਲ ਦੀ ਗੱਲ ਪਿੱਛੇ ਵੀ ਆਈ ਹੈ, ਇਸ ਲਈ ਪਹਿਲਾਂ ਮੈਂ ਇਸ ਨੂੰ ਠੀਕ ਮੰਨਦਾ ਹਾਂ। ਦੂਸਰਾ, ਅੰਤਰ ਵਿਸ਼ੇਸ਼ਤਾ, ਇਹਦੇ ਵਿੱਚ ਇੰਟਰ ਸਬਜੈਕਟਿਵਿਟੀ, ਕਿਉਂਕਿ ਉਹ ਇੰਟਰ ਐਕਸ਼ਨ ਦੀ ਗੱਲ ਕਰਦਾ ਹੈ, ਇੰਟਰ ਐਕਸ਼ਨ ਦੀ ਗੱਲ ਕਰਦਾ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਵੀ ਠੀਕ ਹੋਏਗਾ। ਔਰ ਸਕੈਫੋਲਡਿੰਗ ਮੈਂ ਮੰਨ ਕੇ ਹੁਣ ਚੱਲ ਰਿਹਾ ਹਾਂ। ਸੋ ਮੈਨੂੰ ਬਾਕੀਆਂ ਆਪਸ਼ਨ ਪਿਆਜੇ ਬਾਰੇ ਪਤਾ ਸੀ, ਲੇਕਿਨ ਮੈਂ ਪਿਆਜੇ ਦੇ ਬੇਸ 'ਤੇ ਬਾਕੀਆਂ ਨੂੰ ਡਿਲੀਟ ਕਰਕੇ ਰਾਈਟ ਆਂਸਰ ਤੱਕ ਪਹੁੰਚ ਗਿਆ। ਸੈਕਿੰਡ ਇਜ਼ ਰਾਈਟ ਆਂਸਰ, ਔਰ ਅਸਲ ਵਿੱਚ ਸਹੀ ਉੱਤਰ ਵੀ ਇਹੀ ਹੈ। ਜੇਕਰ ਇਹਦੀ ਤੁਸੀਂ ਐਕਸਰਸਾਈਜ਼ ਕਰੋ ਤਾਂ ਤੁਹਾਨੂੰ ਨੌਲੇਜ ਵੀ ਨਵੇਂ ਕੁਐਸਚਨਾਂ ਦੀ ਮਿਲ ਜਾਏਗੀ। ਦੂਸਰਾ ਟ੍ਰਿਕ ਹੈ, ਜਾਂ ਦੂਸਰਾ ਰੂਲ ਹੈ,
अणजाण जवाब विकल्प ज़्यादातर मामलों विच गलत हुंदे हन। इंग्लिश विच अनफेमिलियर चार ऑप्शन ने, चार ऑप्शन दे विचों जेड़ी ऑप्शन तुहानू बिल्कुल लगता है कि मैं कदे सुनी नहीं है उदी संभावना वधेरे करके गलत होंदी होएगी। पर हाँ ये नुकता उन्हां दे ज़्यादा कम आएगा जिन ए क्लास लर्नर, मतलब कि जिन्होंने तैयारी अच्छी की है, नैचुरली है कि मैक्सिमम टर्म्स जां वोकैबुलरी उन्होंने पढ़ी हुई है, शब्दावली पढ़ी हुई है, पर फिर भी ये मन के चलना है क्योंकि कई बार एग्जामिनर या पेपर सेटर की करता है अपने कोलों नवे मन घड़त रोंग ऑप्शन पा दिंदा है जिन्हों का मीनिंग नहीं हुंदा, ते असी वो मीनिंगलैस ऑप्शन लभनिया हन। फॉर एग्जाम्पल प्याजे दे कंजरवेशन टास्क विच केड़ी मानसिक कार्रवाई शामिल है, एक क्वेश्चन बेशक अज तक नहीं आया, नवा क्वेश्चन है कंजरवेशनल टास्क। जे मैनू पता है कंजरवेशन टास्क तो पहला मैं उदे बारे सोचूंगा कि पानी पाया जाता है एक गिलास में, दूसरे गिलास में उन्होंने बराबर दिखाया जाता है, फिर वड्डे गिलास पाया जाता है, तो फिर पूछा जाता है ये कि ज़्यादा तो कड़ा घट है। जेकर यह भी ज्ञान थोड़े को नहीं है तो मैं देखागा कि इन्हों कोई कटिया जा सकता है। मैं ये देखा कि क्लासीफिकेबिलिटी जी है शब्द है ये कदे नहीं मैं सुनिया, इसलिए पहला मैं इनू डिलीट कर रहा हाँ। दूसरा रिवर्सेबिलिटिज्म इज़म नहीं सुनिया, पिछले पीटेट 2022 दे पीटेट विच अजिही ही ऑप्शन एक स्टर्नबर्ग दी इंटेलिजेंस थ्योरी दे आधार ते पाई गई सी, जिहड़ा मोस्ट कंट्रोवर्शियल क्वेश्चन बनिया सी, उसका उत्तर भी मैंने अलग वीडियो बना के उत्ते पाई हुई है। सो इस दे आधार ते मैं इसनों भी डिलीट कर दिता है, मतलब कि दो बिल्कुल अननोन अनजान जड़ियां मीनिंगलैस मैनू टर्म्स लगदियां सी उन्हां नू डिलीट कर दिता जदों मेरे कोल इहदा ज्ञान नहीं है। हुण मैं रिवर्सेबिलिटी ते रियलिज्म चो एक आंसर चुनांगा, इन्हां विचों चुनदे हुए असी देख सकते हैं जेकर थोड़ा बहुत पढ़िया है तो केड़ी टर्म वधेरे सुनी है, कि रियलिज्म थोड़ा बहुत सुनिया है जां रिवर्सेबिलिटी सुनिया है। रिवर्सेबिलिटी तो क्योंकि पिछे क्वेश्चन आए हैं ज़्यादा सुनिया है, इस तरह रिवर्सेबिलिटी नूं मैं इस आधार पर टिक करांगा, मतलब मेरे को ज्ञान नहीं सी मैं रिवर्सेबिलिटी वाल चला गया। हाँ दूसरा जेकर मेरे को है पता है कि बीकर वाला दूजे बीकर वाला एक्सपैरीमेंट है तां भी रिवर्सेबिलिटी पिछे जाण वाली प्रक्रिया दिखाई दिंदी है ते मैं राइट आंसर ते इस तरह पहुंचदा हां। तीजा ट्रिक है कि जदों एक्सट्रीम आइटम हन कोई जिहड़ियां चार ऑप्शन है जे उहदे विच एब्सोल्यूट वर्ड जां एक्सट्रीम वाले वर्ड आंदे आ जिवें कि नेवर स्टेम विच वरतिया गया है, ऑल एवरी आलवेज नन पंजाबी विच है कदे नहीं, मतलब सारे एक्सट्रीम विच है, हर हमेशा हर कोई कोई भी कोई नहीं, पूर्ण शब्द हैं एक्सट्रीम शब्द हैं, इन्हां दी भाल करनी है जदों तुहाडे कोल राइट आंसर दी नॉलेज नहीं है। ये ऑप्शन हमेशा प्रोबेबिलिटी इदां दी हुंदी है कि गलत ही हुंदे हैं। इंग्लिश विच नोट कर सकते हो, एक बहुत अच्छा क्वेश्चन है क्लासरूम विच शामिल करना, मतलब कि इनकलूजन इनकलूसिव एजुकेशन का क्वेश्चन है, इनकलूजन इन क्लासरूम इज पॉसिबल थ्रू, क्लासरूम विच शमूलियत करना या समावेश करना डैश द्वारा संभव है। हुण एक तां इहदे विच संभावना है कि डिस्क्रिमिनेशन शब्द है, डिस्क्रिमिनेशन कि मैं उलझ सकता हाँ कि डिस्क्रिमिनेशन की गल नहीं होएगी, इक्वैलिटी की गल होएगी, जे मैं इस तरह करता हाँ तो बड़ी जल्दी ही रोंग आंसर पर पहुँच जाता हाँ। बड़ी अजीब गल है, बहुत ही प्यारा क्वेश्चन है, हमेशा बराबरी का अभ्यास कि क्लासरूम विच हमेशा बराबरी होनी चाहिए है, उस वीडियो विच जिदे विच मैं दस्या है कि हमेशा राइट ते हमेशा रोंग आंसर उदे विच इहदा, जे वह वीडियो देखी है तो तुसी बिल्कुल जल्दी इस नूं सॉल्व कर लोगे, पर क्योंकि मैं मान लो वीडियो नहीं देखी मैनूं कोई ज्ञान नहीं है तो मैं ये सही है जां गलत ऑप्शन ये देखने लई मैं टर्म आलवेज नूं फड़ लिया, एक्सट्रीम जां एब्सोल्यूट टर्म नूं हमेशा शब्द नूं फड़ लिया, हमेशा शब्द तो मैं शक कीता कि गलत हो सकता है, कोई भी प्रैक्टिस हमेशा नहीं होनी चाहिए जां उहदी संभावना गलत होने की वधेरे है, क्वेश्चन मार्क तो मैं क्रॉस वल इसलिए जा रहा हाँ। दूसरा मैनूं अट्रैक्ट करेगा कि नैवर डिस्क्रिमिनेट, कदे भी वितकरा नहीं करना, वितकरा नहीं करना, बराबर रखना है। इन ध्यान देखा जाए तो यही ऑप्शन का बदल है, पर मैं शक कितों किया कि इतने नैवर वरत्या होया है, इतने कदे भी वरत्या, एक्सट्रीम टर्म है,
और दूसरा इहदा मीनिंग इहदे नाल मिल रहा है। तीसरा मैं इत्थे लॉजिक कर सकदा हाँ, मैं सोच सकदा हाँ कि क्लासरूम विच कदे वितकरा नहीं करना चाहीदा, कि एक बच्चा जिस दी विजन बहुत कमजोर है उसनू टीचर अपने नेड़े नहीं बिठाएगा, कि जिसनू बच्चे नू दिखाई नहीं दिंदा उसनू उसदा ओरल टेस्ट नहीं लिया जाएगा, कि जेड़े बच्चे डिसेबल्ड हन कि उसनू अद्धा घंटा जां एक घंटा एग्जाम विच वाधू नहीं दिता जाएगा, टेस्ट विच वाधू नहीं दिता जाएगा, कि जेड़ा बच्चा फिजिकली हैंडीकैप है उहदा फिजिकल टेस्ट लिया जाएगा, उसनू फिजिकल पार्टिसिपेशन च बाकियां दे इक्वल रख्या जाएगा, नहीं रख्या जाएगा तां इह वितकरा है। सो मैं पहला शक कीता एक्सट्रीम ते, उस तो बाद उते लॉजिक लगाया ते इन्हां दोनों नू शक दे दायरे विच लैके डिलीट कर दिता। जेड़ा मैं हुणी सोचिया है ते मैं ये सोच रहा हाँ कि हाँ डिस्क्रिमिनेशन होनी चाहीदी है, पर डिस्क्रिमिनेशन वितकरा होना चाहिए, वितकरा नकारात्मक करोगे या सकारात्मक करांगे। इन्हां दोनों शब्दों के आधार पर मैं नकारात्मक नूं रिजेक्ट कर दिता और सकारात्मक वितकरे नूं चुन लिया ते राइट आंसर ते पहुंच गया, क्योंकि इनकलूजन इसे तरह पॉसिबल है जो पॉजिटिव डिस्क्रिमिनेशन करते हैं, अर्थात जिहड़ा बच्चा डिसेबल्ड है या पिछड़ गया है उसनूं एक्सट्रा हैल्प दे के वितकरा उहदे नाल कर रहे हैं, एक्सट्रा हैल्प दे रहे हैं, वाधू कुछ दे रहे हैं उसनूं उपर चुकन लई, इह असल जवाब सी। ट्रिक जां रूल नंबर 4 की है कि दो उल्ट जवाब विकल्पां दी भाल करनी है, लुक फॉर टू ओपोजिट वेरी इंपॉर्टेंट आंसर, जिवें पिछे भी देख के आए हाँ पॉजिटिव डिस्क्रिमिनेशन नैगेटिव डिस्क्रिमिनेशन, जे ये नुकता तुसी उत्थे हल करदे होए लाउंदे हो तां भी बिल्कुल ठीक है, क्योंकि पॉजिटिव डिस्क्रिमिनेशन नैगेटिव डिस्क्रिमिनेशन ये नुकता ये दसदा है, ट्रिक दसदा है कि जो दो ओपोजिट हैं तो संभावना उन्हां दोहां विच राइट आंसर होण दी है, इसलिए बाकी आइटम नूं डिलीट कर दिओ, मतलब दो ओपोजिट विचों उन्हां विचों कोई एक राइट आंसर ही हुंदा है, वैसे ये हमेशा ही इदा हुंदा है, जिवें इत्थे ओ नुकता अप्लाई कर दे तां नैगेटिव डिस्क्रिमिनेशन ते पॉजिटिव डिस्क्रिमिनेशन एक दूजे दे विरोधी हन, इसलिए इन्हां नूं पहला ही नकार दिंदा हां। देखो तुसी एक क्वेश्चन नूं जदों नॉलेज नहीं है किन्ने तरीके हन हल करन दे, सो इन्हां दोनों चों मैं फिर सोच के एक ते राइट आंसर जिवें कि पहला डिस्कस कर आए हां, अगली ऑप्शन देखदे हां। मान लो एक क्वेश्चन आया है तो इसका उत्तर मेरे को नहीं है, राष्ट्रीय शिक्षा नीति 2020 किस किस्म की टेस्टिंग नूं उत्साहित करेगी या करती है, है ना, नैशनल एजुकेशन पॉलिसी इन विच टाइप ऑफ टेस्टिंग इज प्रमोटेड, जो मैं पढ़िया है लो स्टेक टेस्टिंग, हाई स्टेक टेस्टिंग, टेस्टेबिलिटी बाय टीचर, क्रिएटिविटी टेस्टिंग, घट स्टेक टेस्टिंग, उच्च स्टेक टेस्टिंग, अध्यापक द्वारा टेस्टिंग, रचनात्मक टेस्टिंग। इतने मैं देखिया कि लो स्टेक ते हाई स्टेक दे दो ए ओपोजिट हैं, एक दूजे दे उल्ट हैं, इट मीनस नुकता की है कि राइट आंसर इन्हां दोनों दे विच ही होएगा। हुण प्रॉब्लम है कि स्टेक दा आंसर, स्टेक दा मतलब नहीं पता, जेकर स्टेक दा मतलब पता है तो तुसी दोनों चो एक राइट आंसर चुन लो। दूसरा तरीका कि जिहड़ियां पिछले वीडियो देख के आया कि जिहदे हमेशा ही गलत या हमेशा ही सही आंसर हुंदे हन उसका लिंक थले दिता गया होएगा, वीडियो टेट बेसिक कोर्स विच भी दिती गई है, उस देख लोगे तो ये चीज़ आसान हो जाएगी कि जो तुहाडे को हाँ वो नॉलेज वाली चीज़ है, ये नॉलेज नहीं है तो लॉजिकल गैस लाने वाली चीज़ है, क्योंकि उहदे विच दस्सिया है कि अध्यापक सेंटर्ड नूं रिजेक्ट जल्दी किया जाता है। इत्थे जिस नुक्ते की गल करते हाँ उहदे आधार पर असीं देख सकते हाँ कि इहदे विचों राइट आंसर है, जे किसी विद्यार्थी नूं अगला लॉजिक जेकर तो इसका मतलब नहीं पता फिर तो दोनों चो एक तुहानूं गैस वर्क लगाना पेगा, प्रोबेबिलिटी 50% ठीक होने की ज्यादा हो गई। जेकर तुहानूं यह पता लग गया है कि स्टेक का मतलब रिस्क हुंदा है, खतरा मोल लेना हुंदा है, तो नैचुरली है कि प्रमोट किनूं घट करेंगे, खतरे नूं प्रमोट करना है, इट मीनस के घट स्टेक टेस्टिंग राइट आंसर होएगा, खतरे नूं वधाउणा उच्च करना गलत आंसर होएगा। एक होर एग्जाम्पल है, एक बच्चा नवी वस्तु नूं वेखदा है जो पहला दी वस्तु दे दृश्य तो बहुत ही वक्खरा है, है ना, ए चाइल्ड सीज न्यू ऑब्जेक्ट विच इज वेरी डिफरेंट फ्रॉम द ऑब्जेक्ट सीन प्रीवियसली, ही विल एक्सपीरियंस द स्टेट ऑफ, वो डैश स्थिति का अनुभव करेगा। ये एग्जाम्पल याद रखनी है, एक बच्चे ने ब्लैक डॉग देखा है तो उस तो बाद हाथी देखा है, हुण वो बिल्कुल नवा ऑब्जेक्ट है, की होएगा ये जो टेक्निक अप्लाई करनी है, जे जानते ही लुक देखना है तुसी कि ये ओपोजिट टर्म है, मैं देखिया इक्लिब्रेशन डिसइक्लिब्रेशन असिमिलेशन अडैप्टेशन, संतुलन असंतुलन, संतुलन संतुलन ते असंतुलन दो विरोधी हैं, एक दूजे के उल्ट हैं, ओपोजिट हैं, राइट आंसर होने की संभावना ये
ਵੱਧ ਹੈ। ਜੇ ਇਹਦੇ ਵਿੱਚੋਂ ਵੀ ਰਾਈਟ ਆਨਸਰ ਲੱਭਣਾ ਹੈ ਤਾਂ ਥੋੜਾ ਜਿਹਾ ਦਿਮਾਗ ਲਗਾਇਆ ਜਾਏਗਾ ਕਿ ਸੰਤੁਲਨ, ਜਦੋਂ ਬਹੁਤ ਨਵੀਂ ਚੀਜ਼ ਦੇਖੋਗੇ ਤੇ ਸੰਤੁਲਨ ਬਣੇਗਾ ਕਿ ਸੰਤੁਲਨ ਵਿਗੜੇਗਾ। ਜਦੋਂ ਤੁਸੀਂ ਨਵੀਂ ਚੀਜ਼ ਬਿਲਕੁਲ ਦੇਖਦੇ ਹੋ ਤਾਂ ਇੱਕ ਟੈਨਸ਼ਨ ਵੱਧਦੀ ਹੈ ਕਿ ਘਟਦੀ ਹੈ। ਇੰਨਾ ਕੁ ਸੋਚ ਕੇ ਤੁਸੀਂ ਰਾਈਟ ਆਨਸਰ ਤੇ ਪਹੁੰਚ ਸਕਦੇ ਹੋ ਕਿ ਸੰਤੁਲਨ ਵਿਗੜ ਜਾਏਗਾ, ਮਤਲਬ ਅਸੰਤੁਲਨ ਹੋ ਜਾਏਗਾ, ਰਾਈਟ ਆਨਸਰ ਇੱਥੇ ਪਹੁੰਚ ਜਾਵਾਂਗੇ। ਇਸ ਤੋਂ ਇਲਾਵਾ ਹੋਰ ਲੌਜਿਕ ਜੇ ਲੰਘਣਾ ਹੋਵੇ ਇਸ ਤਰ੍ਹਾਂ ਦੇ ਕੁਐਸਚਨ ਲਈ, ਪਹਿਲਾਂ ਅਸੀਂ ਡਿਸਕਸ ਕਰ ਰਹੇ ਹਾਂ ਜਿਵੇਂ ਅਸਿਮੀਲੇਸ਼ਨ, ਜੇ ਤੁਹਾਨੂੰ ਪਤਾ ਹੈ ਕਿ ਪ੍ਰੀਵੀਅਸ ਨੌਲੇਜ ਤੇ ਨਵੀਂ ਨੌਲੇਜ, ਨਿਊ ਨੌਲੇਜ ਜੇ ਮੈਚ ਕਰ ਜਾਏ, ਇੱਥੇ ਮੈਚ ਨਹੀਂ ਕਰਦੀ, ਇੱਥੇ ਇਟ ਮੀਨਸ ਅਸਿਮੀਲੇਸ਼ਨ ਨਹੀਂ ਹੈ, ਸਮੀਕਰਨ ਨਹੀਂ ਹੈ। ਕਿਉਂਕਿ ਛੋਟਾ ਬੱਚਾ ਜਿਸਨੇ ਡੌਗ ਦੇਖਿਆ ਉਸ ਤੋਂ ਬਾਅਦ ਐਲੀਫੈਂਟ ਦੇਖਿਆ ਹੈ, ਉਸ ਨੂੰ ਪਹਿਚਾਣ ਨਹੀਂ ਪਾਏਗਾ, ਉਸ ਲਈ ਉਸ ਨੂੰ ਦੇਖ ਕੇ ਹੈਰਾਨ ਹੀ ਹੋਏਗਾ। ਇਸੇ ਤਰ੍ਹਾਂ ਸਿੱਧੀ ਅਡੈਪਟੇਸ਼ਨ ਵੀ ਨਹੀਂ ਹੋਏਗੀ। ਸੋ ਰਾਈਟ ਆਨਸਰ ਅਸੰਤੁਲਨ ਹੈ, ਕਿਉਂਕਿ ਦੋ ਵਿਰੋਧੀ ਆਪਸ਼ਨ ਦਾ ਮੈਥਡ ਅਸੀਂ ਲਗਾਇਆ ਹੈ, ਰੂਲ ਲਗਾਇਆ ਹੈ ਇਸ ਕੁਐਸਚਨ ਨੂੰ ਹੱਲ ਕਰਨ ਲਈ। ਇਸੇ ਤਰ੍ਹਾਂ ਇੱਕ ਰੂਲ ਹੈ, ਲੇਕਿਨ ਪੀਐਸਟੈਟ ਵਿੱਚ ਅਜਿਹਾ ਇਹ ਰੂਲ, ਅਜਿਹੇ ਕੁਐਸਚਨ ਮੈਨੂੰ ਨਹੀਂ ਮਿਲੇ, ਇਸ ਲਈ ਨਹੀਂ ਦੱਸ ਰਿਹਾ। ਜੇਕਰ ਦੋ ਬਿਲਕੁਲ ਸਮਾਨ ਉੱਤਰ ਵੀ ਆਪਸ਼ਨ ਵੀ ਮਿਲਦੇ ਹਨ ਤਾਂ ਉਹਨਾਂ ਵਿੱਚ ਵੀ ਸੰਭਾਵਨਾ ਸਹੀ ਉੱਤਰ ਹੋਣ ਦੀ ਹੁੰਦੀ ਹੈ। ਬਾਕੀਆਂ ਨੂੰ ਛੱਡ ਕੇ ਦੋ ਜਿਹੜੇ ਸਮਾਨ ਚੱਲ ਰਹੇ ਆ ਉਹਨਾਂ ਤੇ ਸੋਚਿਆ ਜਾ ਸਕਦਾ ਹੈ, ਲੇਕਿਨ ਨਾਲ ਨਾਲ ਰੀਜ਼ਨਿੰਗ ਲਗਾਉਣੀ ਹੈ। ਐਂਡ ਸਿਕਸ ਐਂਡ ਦਾ ਅਗੇਨ ਐਲੀਮੀਨੇਸ਼ਨ ਮੈਥਡ ਦੇ ਵਾਂਗ ਆਡ ਮੈਨ ਆਊਟ, ਆਡ ਮੈਨ ਆਊਟ ਮਤਲਬ ਜਿਹੜਾ ਕਿ ਚਾਰ ਆਪਸ਼ਨ ਨੇ, ਚਾਰਾਂ ਆਪਸ਼ਨਾਂ ਦੇ ਵਿੱਚ ਸਮਾਨਤਾ ਦੇਖਣੀ ਹੈ, ਕੋਈ ਤੁਹਾਨੂੰ ਬਿਲਕੁਲ ਮੀਨਿੰਗ ਦੇ ਤੌਰ ਤੇ ਅਸਮਾਨ ਲੱਗ ਰਿਹਾ ਹੈ ਤੇ ਉਹ ਰਾਈਟ ਆਨਸਰ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ। ਆਮ ਤੌਰ ਤੇ ਟੈਟ ਦਾ ਐਨਾਲਿਸਿਸ ਜਿੰਨਾ ਦਾ ਵੀ ਕੀਤਾ ਹੈ, ਜਿਹੜੀਆਂ ਪੋਜ਼ਿਟਿਵ ਵਰਡ ਹੁੰਦੇ ਹੈ, ਜੇਕਰ ਸਟੈਮ ਵੀ ਪੋਜ਼ਿਟਿਵ ਹੈ ਤੇ ਬ੍ਰੌਡ ਗੱਲ ਕੀਤੀ ਗਈ, ਹੋਲਿਸਟਿਕ ਗੱਲ ਕੀਤੀ ਗਈ ਹੈ, ਉਹ ਰਾਈਟ ਆਨਸਰ ਹੋਏਗਾ। ਬਾਕੀ ਨੈਗੇਟਿਵ ਨੈਗੇਟਿਵ ਹੋਣਗੇ, ਮਤਲਬ ਤਿੰਨ ਆਪਸ਼ਨ ਨੈਗੇਟਿਵ ਹੋਣਗੀਆਂ, ਇੱਕ ਪੋਜ਼ਿਟਿਵ ਹੋਏਗੀ। ਤੁਸੀਂ ਪੋਜ਼ਿਟਿਵ ਇੱਕ ਜਿਹੜੀ ਇੱਕ ਬਚੀ ਹੈ ਉਸ ਨੂੰ ਚੁਣ ਲਓ। ਹਾਂ ਜੀ, ਤਿੰਨ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ, ਉਹ ਰਾਈਟ ਆਨਸਰ ਹੋ ਸਕਦਾ ਹੈ। ਤਿੰਨ ਬ੍ਰੌਡ ਹੈ, ਵਿਆਪਕ ਹੈ, ਔਰ ਇੱਕ ਨੈਰੋ ਹੈ, ਨੈਰੋ ਵਾਲਾ ਰਾਈਟ ਆਨਸਰ ਹੋਏਗਾ। ਜੇ ਤਿੰਨ, ਮਤਲਬ ਤਿੰਨ ਨੈਰੋ ਹੈ ਔਰ ਇੱਕ ਬ੍ਰੌਡ ਹੈ, ਫਿਰ ਇੱਕ ਜਿਹੜਾ ਬ੍ਰੌਡ ਆਪਸ਼ਨ ਹੈ ਉਹ ਰਾਈਟ ਆਨਸਰ ਹੋਏਗਾ। ਇਸੇ ਤਰ੍ਹਾਂ ਜੇ ਪੋਜ਼ਿਟਿਵ ਸਟੈਮ ਹੈ ਤਾਂ ਇੱਕ ਹੋਲਿਸਟਿਕ ਹੈ ਤੇ ਤਿੰਨ ਵਨ ਸਾਈਡਡ ਆਨਸਰ ਹਨ, ਤਾਂ ਹੋਲਿਸਟਿਕ ਵਾਲਾ। ਮੇਰੇ ਖਿਆਲ 'ਚ ਤੁਹਾਨੂੰ ਐਗਜ਼ਾਮਪਲ ਸਮਝ ਨਹੀਂ ਆ ਰਹੀ ਹੋਵੇਗੀ। ਫੋਰ ਐਗਜ਼ਾਮਪਲ, ਇੱਕ ਟੀਚਰ ਨੂੰ ਸਟੂਡੈਂਟ ਦਾ ਇਵੈਲੂਏਟ ਕਰਨਾ ਚਾਹੀਦਾ ਹੈ, ਆਪਸ਼ਨ ਸਾਡੇ ਕੋਲ ਹੈ, ਲੈਂਗੁਏਜ ਹੈ, ਮੈਥਸ ਹੈ, ਸਾਇੰਸ ਹੈ, ਪਰਸਨੈਲਿਟੀ ਹੈ, ਤਾਂ ਲੈਂਗੁਏਜ, ਸਾਇੰਸ, ਮੈਥ ਇਹ ਵਨ ਸਾਈਡਡ ਉੱਤਰ ਨੇ, ਜਿਹੜੀ ਪਰਸਨੈਲਿਟੀ ਹੈ ਹੋਲਿਸਟਿਕ ਹੈ, ਤੇ ਹੋਲਿਸਟਿਕ ਨੂੰ ਤੁਸੀਂ ਰਾਈਟ ਆਨਸਰ ਚੁਣੋਗੇ। ਮੋਸਟਲੀ ਜਿਹੜਾ ਕੁਐਸਚਨ ਆਉਂਦੇ ਹਨ ਉਹ ਤਿੰਨ ਨੈਗੇਟਿਵ ਹੋ ਸਕਦੇ ਹਨ, ਇੱਕ ਪੋਜ਼ਿਟਿਵ, ਤੇ ਤੁਸੀਂ ਪੋਜ਼ਿਟਿਵ ਵਾਲੇ ਨੂੰ ਚੁਣ ਲੈਣਾ ਹੈ। ਇੱਕ ਹੋਰ ਨੁਕਤਾ ਹੈ ਕਿ ਕੰਸਟਰਕਟਿਵਿਜ਼ਮ ਦੇ ਨਾਲ ਰਿਲੇਟਡ ਇੱਕ ਆਪਸ਼ਨ ਹੁੰਦੀ ਹੈ, ਬਾਕੀ ਬਿਹੇਵੀਅਰਿਜ਼ਮ ਤੇ ਕੋਗਨੇਟਿਵਿਜ਼ਮ ਨਾਲ ਸੰਬੰਧਿਤ ਹੁੰਦੀਆਂ ਹਨ। ਤਿੰਨ ਆਪਸ਼ਨ ਬਿਹੇਵੀਅਰਿਜ਼ਮ ਤੇ ਕੋਗਨੇਟਿਵਿਜ਼ਮ ਦੀਆਂ ਹੁੰਦੀਆਂ ਹਨ, ਉਹ ਅਲੱਗ ਤੋਂ ਵੀਡੀਓ ਦਿੱਤਾ ਗਿਆ ਹੈ, ਉਹਦੇ ਵਿੱਚ ਦੱਸਿਆ ਗਿਆ ਹੈ, ਜਿਹੜੇ ਥੱਲੇ ਲਿੰਕ ਵੀ ਦਿੱਤਾ ਗਿਆ ਹੈ ਕਿ ਹਮੇਸ਼ਾ ਰਾਈਟ ਆਪਸ਼ਨ ਜਾਂ ਹਮੇਸ਼ਾ ਰੋਂਗ ਆਨਸਰ ਕਿਹੜੇ ਹੁੰਦੇ ਹਨ। ਜੇ ਉਹ ਦੇਖ ਲੈਂਦੇ ਹੋ ਤਾਂ ਹਾਰਡਲੀ, ਸੱਚੀ ਕਹਿ ਰਿਹਾ ਹਾਂ, ਇਹ ਨੁਕਤਿਆਂ ਨਾਲ ਤੁਹਾਡੇ 20-30% ਤੱਕ ਮਾਰਕਸ ਵੱਧ ਸਕਦੇ ਹਨ। ਸੋ ਕੰਸਟਰਕਟਿਵਿਜ਼ਮ ਵਾਲੀ ਸਹੀ ਹੋਏਗੀ। ਹਾਂ, ਜੇ ਸੋਸ਼ਲ ਕੰਸਟਰਕਟਿਵਿਜ਼ਮ ਹੈ, ਫੋਰ ਐਗਜ਼ਾਮਪਲ ਬੈਸਟ ਮੈਥਡ ਆਫ ਟੀਚਿੰਗ ਕੀ ਹੋਏਗਾ, ਤੇ ਆਪਸ਼ਨ ਹਨ ਕੋਪਰੇਟਿਵ ਲਰਨਿੰਗ, ਲੈਕਚਰ, ਡਿਸਕ੍ਰਿਪਸ਼ਨ, ਡੈਮੋਸਟ੍ਰੇਸ਼ਨ। ਤਾਂ ਕੋਪਰੇਟਿਵ ਵਿੱਚ ਇੰਟਰੈਕਸ਼ਨ ਹੈ, ਗਰੁੱਪ ਨੇ ਵਰਕ ਕਰਨਾ ਹੈ ਤੇ ਉਸਨੂੰ ਪ੍ਰੈਫਰ ਕੀਤਾ ਜਾਏਗਾ, ਉਹ ਆਡ ਮੈਨ ਆਊਟ ਦੀ ਐਗਜ਼ਾਮਪਲ ਹੈ। ਆਡ ਮੈਨ ਆਊਟ ਦੀ ਐਗਜ਼ਾਮਪਲ, ਪਿਆਜੇ ਡੈਸ਼ ਦੀ ਵਰਤੋਂ ਕਰਕੇ ਕਲਾਸ ਵਿੱਚ ਪੜ੍ਹਾਏਗਾ। ਹਾਂ, ਪਿਆਜੇ ਵਿਲ ਟੀਚ ਇਨ ਏ ਕਲਾਸ ਬਾਈ ਯੂਜ਼ਿੰਗ ਕੀ, ਚਾਕਬੋਰਡ, ਪਿਆਜੇ ਨੂੰ ਪੜ੍ਹਾਉਣਾ ਪੈਂਦਾ ਹੈ ਤਾਂ ਚਾਕਬੋਰਡ ਦੀ ਵਰਤੋਂ ਕਰੇਗਾ, ਜਾਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇਗਾ, ਜਾਂ ਸਿੱਖਣ ਦੀ ਸਮੱਗਰੀ ਨਾਲ ਪਰਸਪਰ ਪ੍ਰਭਾਵ ਜਾਂ ਅੰਤਰ ਕਿਰਿਆ ਕਰਵਾਏਗਾ। ਇੰਟਰੈਕਸ਼ਨ ਹੈ ਇੱਥੇ ਲਿਖਿਆ, ਇੱਥੇ ਪ੍ਰਭਾਵ ਹੈ, ਇਸ ਲਈ ਉਹਨੂੰ ਕੰਪੇਅਰ ਕਰ ਲੈਣਾ ਚਾਹੀਦਾ ਹੈ ਜਾਂ ਕਹਾਣੀ ਸੁਣਾਏਗਾ। ਹੁਣ ਜੇਕਰ ਤੁਸੀਂ ਥੋੜ੍ਹਾ ਜਿਹਾ ਦਿਮਾਗ ਲਗਾ ਕੇ, ਸੇਮ ਨੁਕਤੇ ਮੈਂ ਕਹਿ ਰਿਹਾ ਹਾਂ ਕਿ ਉਸ ਵੀਡੀਓ ਵਿੱਚ ਵੀ ਦਿੱਤੇ ਹੋਏ ਹਨ, ਦਿਮਾਗ ਲਗਾ ਕੇ ਦੇਖੀਏ ਤੇ ਚਾਕਬੋਰਡ ਵਿੱਚ ਇੱਥੇ ਹੈ, ਇਹ ਵਨ ਵੇ ਪ੍ਰੋਸੈਸ ਹੈ, ਟੀਚਰ ਸਿਗਨਲ ਸੈਂਡ ਕਰ ਰਿਹਾ ਹੈ, ਸਿਰਫ ਦੇ ਰਿਹਾ ਹੈ। ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਟੀਚਰ ਦਿਖਾ ਰਿਹਾ ਹੈ, ਇੱਥੇ ਵਰਬਲ ਹੈ, ਵਰਡਸ ਬੋਲੇ ਜਾ ਰਹੇ ਹਨ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਇਮੇਜ ਹੋ ਸਕਦੀਆਂ, ਪਰ ਇਹ ਵੀ ਵਨ ਵੇ ਪ੍ਰੋਸੈਸ ਹੈ, ਇੱਕ ਤਰਫਾ ਗਿਆਨ ਦਿੱਤਾ ਹੀ ਜਾ ਰਿਹਾ ਹੈ, ਨੌਲੇਜ ਦਿੱਤੀ ਹੀ ਜਾ ਰਹੀ, ਔਰ ਸਟੋਰੀ ਟੈਲਿੰਗ, ਇਹਦੇ ਵਿੱਚ ਵੀ ਕਹਾਣੀ ਸੁਣਾਈ ਜਾ ਰਹੀ ਹੈ। ਸਿਰਫ ਇੱਕ ਹੈ ਜਿਹਦੇ ਵਿੱਚ ਇੰਟਰੈਕਸ਼ਨ ਸ਼ਬਦ ਹੈ, ਇੰਟਰੈਕਸ਼ਨ ਵਿਦ ਲਰਨਿੰਗ ਐਨਵਾਇਰਮੈਂਟ, ਮਤਲਬ ਕਿ ਲਰਨਿੰਗ ਮਟੀਰੀਅਲ ਕੁਛ ਵੀ ਦਿੱਤਾ ਗਿਆ ਹੈ, ਬੇਸ਼ੱਕ ਬੱਚੇ ਨੂੰ ਬਾਲ, ਟੋਇਜ਼, ਹੋਰ ਕੋਈ ਲਰਨਿੰਗ ਮਟੀਰੀਅਲ ਦੇ ਦਿੱਤਾ ਗਿਆ ਹੈ,
ਉਹ ਉਹਦੇ ਨਾਲ ਖੁਦ ਇੰਟਰੈਕਟ ਕਰਦਾ ਹੈ ਇੰਟਰੈਕਸ਼ਨ ਕਰਕੇ ਇਹ ਜਿਹੜਾ ਹੈ ਔਡ ਇਹ ਬਾਕੀ ਆਪਸ਼ਨ ਨਾਲ ਨਹੀਂ ਮਿਲਦਾ ਔਡ ਮੈਨ ਆਊਟ ਹੋ ਗਿਆ ਤੇ ਮੈਂ ਇਸ ਨੂੰ ਸਿੱਖਣ ਦੀ ਸਮੱਗਰੀ ਦੇ ਨਾਲ ਪਰਸਪਰ ਅੰਤਰ ਕਿਰਿਆ ਇੱਥੇ ਅੰਤਰ ਕਿਰਿਆ ਆਣਾ ਹੈ ਟ੍ਰਾਂਸਲੇਸ਼ਨ ਗਲਤ ਹੈ ਉਸ ਦੇ ਆਧਾਰ ਤੇ ਅੰਤਰ ਕਿਰਿਆ ਦੇ ਆਧਾਰ ਤੇ ਬਾਕੀ ਅੰਤਰ ਕਿਰਿਆ ਨਹੀਂ ਹੋ ਰਹੀ ਵਨ ਵੇ ਪ੍ਰੋਸੈਸ ਹੈ ਇਸ ਲਈ ਤੀਜੇ ਨੂੰ ਮੈਂ ਜਲਦੀ ਜਲਦੀ ਬਿਨਾਂ ਜਾਣਕਾਰੀ ਤੋਂ राइट आंसर चुन लिया। और एक क्वेश्चन है रिफ्लैक्स लर्निंग थ्योरी इज गिवन बाय रिफ्लैक्स लर्निंग थ्योरी डैश द्वारा दिती गई है शायद ये क्वेश्चन आज तक आया भी नहीं है लेकिन बड़ा इंपॉर्टेंट क्वेश्चन है। हुण मैं की चुन रहा हाँ कि मैं जेडे ए ऑप्शन ने इन्हां चो ऑड मैन चुन लगा मैनू ए पता है कि जीन प्याजे कंस्ट्रक्टिविस्ट है जीन प्याजे कंस्ट्रक्टिविस्ट है हाँ सगो ए कंस्ट्रक्टिविज्म दा फादर है। अच्छा दूसरा जेरोम ब्रूनर ए भी कॉग्निटिव कंस्ट्रक्टिविस्ट है और वाइगोत्स्की भी कंस्ट्रक्टिविस्ट है। इवान पावलोव क्लासिकल कंडीशनिंग वाला बिहेवियरिस्ट है। मैं की लभ्या तीन जेडे ने वो कंस्ट्रक्टिविस्ट ने एक बिहेवियरिस्ट है इसलिए राइट आंसर मेरे मुताबिक ऑड मैन आउट दे मुताबिक तीजा हो गया और यही सही आंसर है। इस थ्योरी दा नाम नो रिस्पांस नो स्टिमुलस नो रिस्पांस थ्योरी भी है सब्सटीट्यूशन थ्योरी भी है। इस तरह के क्वेश्चन पूछे जा सकते हैं पर एनी एक्सरसाइज लिए हजे तुहाडे कोल टाइम नहीं है। सो मैं इस वीडियो विच की दस्या है कि जदों तुहाडे कोल ज्ञान नहीं है उसका राइट आंसर नहीं है ज्ञान है राइट आंसर नहीं है तुसी तर्क का प्रयोग करते हो तर्क के प्रयोग लई जेड़ियां ऑप्शन है उस ऑप्शन की कोई टर्म वर्ड का ज्ञान है उस ज्ञान के आधार नू यूज करना है तो बाकी तुसी ये नुक्ते अप्लाई करने हैं ये नुक्ते की रिहर्सल करो कि जदों ही कोई क्वेश्चन नहीं आता तो मैं ऑड मैन आउट देखना है एलीमीनेट करना है दो ओपोजिट ऑप्शन वो लभ लेने हैं जो भी इतने अप्लाई किए हैं। हाँ कई क्वेश्चन सॉल्व करने लिए तुसी एक तो ज्यादा भी जड़े है ये लॉजिकल स्ट्रैटेजीज अप्लाई कर सकते हो। एक गल याद रखनी है ये स्ट्रैटेजी विच जां रूल्स विच ट्रिक्स विच तर्क सब तो ज्यादा इंपॉर्टेंट है लॉजिक इज मोस्ट इंपॉर्टेंट। लॉजिक वह हुंदा है जदों तुहाडे कोल ज्ञान रियल आंसर नहीं है तो जिहड़ी अवेलेबल इनफॉर्मेशन है अवेलेबल ज्ञान है। फॉर एग्जाम्पल मैनू यह पता सी कंस्ट्रक्टिविस्ट है कंस्ट्रक्टिविस्ट है बिहेवियरिस्ट है कंस्ट्रक्टिविस्ट है ये ज्ञान सी मैनू यह नहीं सी पता कि सब्सटीट्यूशन थ्योरी जां रिफ्लैक्सिव थ्योरी जिहड़ी है पावलोव ने दित्ती है तो मैं उहदे आधार ते वह इनफॉर्मेशन विच रिलेशन लभ के मैं राइट आंसर ते पहुंच जाना। अगले वीडियो विच कुछ होर स्ट्रैटेजीज डिस्कस करांगा जदों ये तर्क भी अप्लाई नहीं हुंदा तुसी किसी भी तरीके नाल ओ आंसर नहीं लभ पाने तो वह प्रोबेबल तुक्के होंगे। तुक्कियां दे अगे दो किस्मां हन संभावित ऑप्शन केड़ी सही हो सकती क्योंकि पी एस टेट विच नैगेटिव मार्किंग नहीं है मैं रिक्वेस्ट करता हाँ इसलिए हर हालत विच ओ वीडियो इस तो भी वध इंपॉर्टेंट हो सकता है क्योंकि जिन्हियां आई टॉपर्स दियां इंटरव्यू मैं देखियां ईवन आई एस ऑफिसर दियां 20% तक ये गैस वर्क लगता है लॉजिकल गैस तो हर उस क्वेश्चन लिए लग सकता है जिसका राइट आंसर तुहानू नहीं पता। जिहड़े विद्यार्थी पूरी तैयारी नहीं कर सके टाइम उन्हां को कट सी जां वो सैटिस्फाई नहीं हन तैयारी तो उन्हां लई टेट बेसिक कोर्स तैयार किया है लर्न टू एक्चुअलाइज विच जाना है प्लेलिस्ट नू तुसी क्लिक करना है उहदे विच तुसी देखोगे कि टेट बेसिक कोर्स है उहदे विच जिहड़े ऑप्शन हमेशा सही जां हमेशा गलत होंदे हन वह भी एक तरीका है कि राइट आंसर तक किवें पहुंचना है नाल ही ये वालियां वीडियो होणगियां। इस तो इलावा लॉजिकल गैस किद्दां लगाना है प्रोबेबिलिटी बेस्ड गैस किद्दां लगाना है टी एस टेट दे क्वेश्चन पेपर नू जो पेपर दे विच बैठे हुए आ उदों किहड़ियां गल्लां दा ध्यान रखना एग्जाम तो पहला तुहानू किहड़ियां चीज़ां दी जरूरत है ये सब कुछ इस प्लेलिस्ट च होएगा इस फोल्डर च होएगा। इस टेट बेसिक कोर्स तो बिना तुसी प्रीवियस ईयर दे पेपर जड़े पाए गए हैं वो भी प्रैक्टिस के तौर पर हल कर सकते इस तो बिना प्याजे वैगोस्तकी जां होर डिफिकल्ट एरिया जड़े ने उन्होंने प्रैक्टिस क्वेश्चन 10-15-20 क्वेश्चन जड़े मोस्ट प्रोबेबली आ सकन की संभावना है तो नवे भी होंगे वो वीडियो भी तुहानू नीचे लिंक भी मिल जाएगा और इस प्लेलिस्ट विच भी मिल जाएंगे। लर्न टू एक्चुअलाइज डॉक्टर तीरथ सिंह थैंक यू।